ਗੱਲ ਕਰਦੇ ਹਾਂ ਕੋਰੋਨਾ ਮਹਾਮਾਰੀ ਦੀ ਜੋ ਕਿ ਲਗਾਤਾਰ ਵਾਧੀ ਜਾ ਰਹੀ ਹੈ ਤੇ ਫਿਰ ਤੋਂ ਸਾਰਿਆਂ ਦੀ ਚਿੰਤਾ ਵਧਾਉਣ ਲੱਗੀ ਹੈ ਕਿਉਂਕਿ ਇਸ ਨੂੰ ਲੈ ਕੇ ਚਿੰਤਾ ਹੈ ਕਿ ਜਿਸ ਦੇ ਹਿਸਾਬ ਦੇ ਨਾਲ ਮਾਮਲੇ ਵਾਧਰੇ ਨੇ 24 ਘੰਟਿਆਂ ਦੀ ਗੱਲ ਕਰਦੇ ਹਾਂ ਤਾਂ 2000 ਤੋਂ ਵੱਧ ਕੇਸ ਸਾਹਮਣੇ ਆਏ ਨੇ ਪੰਜਾਬ ਦੇ ਵਿੱਚ 2039 ਨਵੇਂ ਕੇਸ ਮਾਮਲੇ ਕੋਰੋਨਾ ਦੇ ਦਰਜ ਕੀਤੇ ਗਏ ਨੇ 24 ਘੰਟਿਆਂ ਦੇ ਵਿੱਚ 35 ਮੌਤਾਂ ਵੀ ਹੋਈਆਂ ਨੇ ਬੀਤੇ ਦਿਨ 38 ਮੌਤਾਂ ਹੋਈਆਂ ਸਨ ਲਗਾਤਾਰ ਜਿਹੜੇ ਮਾਮਲੇ ਦੇ ਵਾਧਰੇ ਨੇ ਜਲੰਧਰ ਦੀ ਗੱਲ ਕਰੀਏ ਨਵਾਂ ਸ਼ਹਿਰ ਦੀ ਆ ਫਿਰ ਅੰਮ੍ਰਿਤਸਰ ਦੀ ਮੌਤਾ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਮਨਜਿੰਦਰ ਨੇ ਸਾਡੇ ਨਾਲ ਅੰਮ੍ਰਿਤਸਰ ਤੋਂ ਗੱਲਬਾਤ ਲਈ ਜੀ ਮਨਜਿੰਦਰ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਕੋਰੋਨਾ ਦੇ ਅੰਕੜਿਆਂ ਨੂੰ ਲੈ ਕੇ ਕੀ ਕੁਝ ਜਾਣਕਾਰੀ ਹੈ ਜੀ ਗੁਰੂ ਦੱਸਣ ਜੋ ਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਦੇ ਵਿੱਚ 178 ਕੇਸ ਦਿਨ ਤੋਂ ਦਿਨ ਜਿਹੜੇ ਕੇਸ ਨੇ ਪੋਜ਼ਿਟਿਵ ਵਧ ਰਹੇ ਨੇ ਤੇ ਜਿਹੜਾ ਮੌਤਾਂ ਦਾ ਆਕੜਾ ਉਹ ਵੀ ਵਧ ਰਿਹਾ ਤੇ ਇੱਕ ਜਿਹੜੀ ਮੌਤ ਹੋਈ ਆ ਸੋਲ ਸਿੰਘ 65 ਸਾਲ ਉਮਰ ਸੀ ਤਵੇਲੇ ਜੀ ਦਾ ਰਹਿਣ ਵਾਲਾ ਸੀ ਤੇ ਕੁਝ ਦਿਨ ਤੋਂ ਬਿਮਾਰ ਸੀ ਤੇ ਗੁਰਨਾਨਕ ਹਸਪਤਾਲ ਵਿੱਚ ਰੈਫਰ ਕਰਵਾਇਆ ਗਿਆ ਸੀ ਤੇ ਉੱਥੇ ਬਿਮਾਰ ਹੋਣ ਦੇ ਨਾਲ ਕਰੋਨਾ ਪੋਜ਼ਿਟਿਵ ਰਿਪੋਰਟ ਆਉਣ ਦੇ ਨਾਲ ਹੀ ਸਿੱਧੀ ਡੈਥ ਹੋ ਗਈ ਪਰ ਜੇ ਗੱਲ ਕੀਤੀ ਜਾਵੇ ਲੋਕ ਹਜੇ ਵੇਅਰ ਨਹੀਂ ਇਹ ਹੋ ਰਿਹਾ ਲੋਕਾਂ ਦੇ ਭਲੇ ਆ ਕਿ ਕਰੋਨਾ ਖਤਮ ਹੋ ਚੁੱਕਾ ਹੈ ਵੈਕਸੀਨ ਆਉਣ ਦੇ ਨਾਲ ਕਰੋਨਾ ਦੀ ਜਿਹੜੀ ਆ ਮਹਾਮਾਰੀ ਖਤਮ ਹੋ ਚੁੱਕਿਆ ਪਰ ਕਰੋਨਾ ਦੀ ਚਪੇੜ ਦੇ ਵਿੱਚ 178 ਕੇਸ ਦਿਨ ਤੋਂ ਦੋਨੋਂ ਕੇਸ ਸੋਕੋ ਘਟਨੇ ਚਾਹੀਦੇ ਐ ਕਿਉਂਕਿ ਪ੍ਰਸ਼ਾਸਨ ਦੇ ਉਹ ਜਿਹੜੀ ਅਪੀਲ ਕੀਤੀ ਜਾ ਰਹੀ ਆ ਕੱਲ ਵੀ ਸੇਰ ਭਵਾਂ ਦੇ ਵੱਲੋਂ ਜਿਹੜੇ ਕਿ ਦੁਕਾਨ ਹਰ ਇੱਕ ਦੁਕਾਨ ਦੇ ਉੱਤੇ ਜਾ ਕੇ ਮਾਰਕਸ ਵੰਡੇ ਜਾ ਰਹੇ ਸੋਸ਼ਲ ਡਿਸੈਂਸ ਦਾ ਬਿਲਕੁਲ ਨਿਯਮ ਦੱਸੇ ਜਾ ਰਹੇ ਨੇ ਪਰ ਲੋਕ ਇਸ ਚੀਜ਼ ਨੂੰ ਸਮਝਦੇ ਕਿਉਂਕਿ ਜੇ ਚਲਾਨ ਵਾਲੇ ਵੀ ਇਹ ਗੱਲ ਕੀਤੀ ਜਾਵੇ ਚਲਾਨ ਵੀ ਕੀਤੇ ਜਾ ਰਹੇ ਨੇ ਤੇ ਜੇ ਗੱਲ ਕੀਤੀ ਜਦੋਂ ਪਹਿਲਾਂ ਲੋਕਡਾਊਨ ਲੱਗਾ ਸੀ ਜਾਂ ਕਰੋਨਾ ਦਾ ਕਹਿਰ ਵਧਿਆ ਸੀ ਤੇ लाठी-ਚਾਰਚੀ ਪੁਲਿਸ ਵੱਲੋਂ ਕੀਤਾ ਗਿਆ ਸੀ ਤੇ ਮੁੜ ਕੇ ਲੋਕ ਕਹਿੰਦੇ ਸੀ ਕਿ ਪ੍ਰਸ਼ਾਸਨ ਸਾਨੂੰ ਤੋਂ ਪਹਿਲਾਂ ਮਾਰਕਸ ਜੀ ਨੂੰ ਪਾਉ ਕਿਉਂਕਿ ਦਿਨ ਤੋਂ ਦਿਨ ਜਿਹੜੇ ਕੇਸ ਵੱਧ ਰਹੇ ਕਿਉਂਕਿ 178 ਜਿਹੜੇ ਕੇਸ ਅੰਮ੍ਰਿਤਸਰ ਦੇ ਵਿੱਚ ਆਉਣੇ ਚਿੰਤਾ ਦਾ ਵਿਸ਼ਾ ਬਣ ਗਿਆ ਕਿਉਂਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਮੰਨਿਆ ਗਿਆ ਇੱਥੇ ਪਲੇਸ ਹੁੰਦੇ ਟੂਰਿਸਟ ਲੋਕ ਬਾਹਰੋਂ ਆਉਂਦੇ ਨੇ ਹੁਣ ਪਤਾ ਨਹੀਂ 178 ਕੇਸਾਂ ਦੇ ਵਿੱਚ ਕਿਹੜਾ ਕਿਹੜਾ ਮਲਾਵ ਹੋਇਆ ਤੇ ਕਿੰਨੇ ਦਿਨ ਤੋਂ ਜੋ ਜੋ ਟੈਸਟਿੰਗ ਹੋ ਗਈ ਹੋਰ ਕੇਸ ਵੱਧ ਸਾਡੇ ਵੱਲੋਂ ਇਹੇ ਬਾਰ ਬਾਰ ਅਪੀਲ ਕੀਤੀ ਜਾ ਰਹੀ ਲਿਵਿੰਗ ਇੰਡੀਆ ਵੱਲੋਂ ਕਿ ਜਿਹੜੇ ਕਰੋਨਾ ਦੇ ਕੇਸ ਵੱਧ ਰਹੇ ਨੇ ਇਸ ਨੂੰ ਘਟਾਉਣ ਵਾਸਤੇ ਤੁਸੀਂ ਆਪਣਾ ਸਹਿਯੋਗ ਕਰਾਓ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਲਾ ਸਬਾਕੇ ਘਰੋਂ ਨਿਕਲੋਗੇ ਤਾਂ ਤੁਹਾਡਾ ਪਰਵਾਸੀ ਹੈ ਤੇ ਦੇ ਲੈ ਕੇ ਵੀ ਦਿੱਤਾ ਗਿਆ ਹੈ ਕੈਪਟਨ ਮਿੰਦਰ ਸਿੰਘ ਦੇ ਵੱਲੋਂ ਮਨਜਿੰਦਰ ਕਹਿ ਵੀ ਦਿੱਤਾ ਗਿਆ ਹੈ ਕਿ ਸਖਤੀ ਹੋਏਗੀ ਅੱਜ ਤੋਂ ਸਖਤੀ ਤੈ ਹੈਗੀ ਹੈ ਕਿਉਂਕਿ ਅੱਜ ਜੇਕਰ ਕਿਸੇ ਨੇ ਮਾਸਕ ਨਹੀਂ ਪਾਇਆ ਤਾਂ ਉਸ ਦੇ ਚਨਾਨ ਨੂੰ ਲੈ ਕੇ ਰਫਤਾਰ ਤੇਜ਼ ਕਰ ਦਿੱਤੀ ਗਈ ਹੈ ਪੁਲਿਸ ਪਲਾਜ਼ਮਾ ਦੇ ਵੱਲੋਂ ਇਸ ਦੇ ਬਾਗਾਇਦਾ ਆਰਡਰ ਜਿਹੜੇ ਨੇ ਉਹ ਮਿਲ ਜਾਣਗੇ ਜਲਦੀ ਹੀ ਪਰ ਕੋਲ ਮਿਲਾ ਕੇ ਅਗਰ ਵੈਕਸੀਨੇਸ਼ਨ ਦੀ ਗੱਲ ਕਰਾਂ ਮੈਂ ਤੌਰ ਤ ਤੋਂ ਜਾਣਕਾਰੀ ਚਾਹਾਂਗੀ ਕਿ ਕਿਸੇ ਸਾਹ ਦੇ ਨਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਔਰ ਪ੍ਰਾਈਵੇਟ ਹਸਪਤਾਲਾਂ ਚ ਵੈਕਸੀਨੇਸ਼ਨ ਹੋ ਰਹੀ ਹੈ ਕਿਉਂਕਿ ਸਾਫ਼ ਤੌਰ ਤੇ ਪੀਐਮ ਨੇ ਕਿਹਾ ਕਿ ਵੈਕਸੀਨੇਸ਼ਨ ਦੀ ਵੇਸਟੇਜ ਨਹੀਂ ਹੋਣੀ ਚਾਹੀਦੀ ਐਕਸਪਾਇਰੀ ਜੇ ਦਾ ਖਾਸ ਧਿਆਨ ਰੱਖਿਆ ਜਾਵੇ ਜਿਹੜੇ ਜਰੂਰ ਬਿਲਕੁਲ ਵੈਕਸੀਨ ਤੇ ਹੋ ਰਹੀ ਆ ਪਰ ਲੋਕ ਇਸ ਤੋਂ ਡਰ ਵੀ ਰਹੇ ਕਿ ਕੀ ਜੇ ਐਸੀ ਵੈਕਸੀਨ ਕਰਾਵਾਂਗੇ ਕੋਈ ਹੋਰ ਪ੍ਰੋਬਲਮ ਨਾ ਨਿਕਲ ਆਵੇ ਕਿਉਂਕਿ ਜਿਹੜੀ ਵੈਕਸੀਨ ਆ ਇਹ ਹਰ ਇੱਕ ਨੂੰ ਲਗਾਉਣੀ ਚਾਹੀਦੀ ਆ ਕਿਉਂਕਿ ਪਹਿਲਾਂ ਪ੍ਰਸ਼ਾਸਨ ਵਾਲੋ ਕੀਤੀ ਜੇ ਪੁਲਿਸ ਵਾਲੇ ਨੇ ਲਗਾਏ ਹਰ ਇੱਕ ਜਿਹੜਾ ਮਲਾਜਮ ਨੂੰ ਲਗਾਏ ਹੁਣ ਆਮ ਲੋਕਾਂ ਨੂੰ ਅੱਗੇ ਵੱਧ ਕੇ ਹਿੱਸਾ ਬਣਨਾ ਚਾਹੀਦਾ ਕਿਉਂਕਿ ਵੈਕਸੀਨ ਲਗਾਉਣ ਦੇ ਨਾਲ ਜੇ ਤੁਸੀਂ ਵੈਕਸੀਨ ਲਗਾਉਂਦੇ ਤੁਹਾਡਾ ਪਰਿਵਾਰ ਹੀ ਸੇਵ ਰਹੂਗਾ ਇਸ ਕੀ ਆ ਜੇ ਨਰਿੰਦਰ ਮੋਦੀ ਵਾਲੇ ਵੀ ਅਪੀਲ ਕੀਤੀ ਹੈ ਕਿ ਪਹਿਲਾਂ ਜਿਹੜੇ ਕਿ ਜਿਹੜੇ ਲੋਕ ਵੈਕਸੀਨ ਲਵਾਉਣ ਕਿਉਂਕਿ ਜਿਹੜ ਪਹਿਲ ਕੀਤੀ ਗਈ ਆ ਪਰ ਇਸ ਦੇ ਚੀਜ਼ ਦੇ ਵਿੱਚ ਇਹ ਵੀ ਆ ਰਹੀ ਹੈ ਕਿ ਜਿਹੜੀ ਵੈਕਸੀਨ ਆ ਕਿ ਉਹਨਾਂ ਨੂੰ ਇੱਕੋ ਗੱਲ ਕੀਤੀ ਗਈ ਹੈ ਕਿ ਸਪਾਰੀ ਨਾ ਹੋਵੇ ਤੇ ਜੇ ਗੱਲ ਕੀਤੀ ਜਾਵੇ ਕਿ ਵੈਸਟਿੰਗ ਨਾ ਹੋਵੇ ਕਿਉਂਕਿ ਵੈਕਸੀਨ ਲਵਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਵੈਕਸੀਨ ਜੇ ਲਵਾਓਗੇ ਤੇ ਤੁਹਾਡਾ ਬਚਾਅ ਤੇ ਬਚਾਰੂਗਾ ਇਸ ਕਰਕੇ ਜਿਹੜੇ ਕਰੋਨਾ ਦੇ ਕੇਸ ਦਿਨ ਤੋਂ ਦਿਨ ਵਧ ਰਹੇ ਨੇ ਲੋਕਾਂ ਦੇ ਦਿਲ 'ਚ ਇਹ ਹੈਗਾ ਸੀ ਕਿ ਜੇ ਕਿਸਾਨ ਦਿੱਲੀ ਦੇ ਸਰਦਦ ਉੱਤੇ ਬੈਠੇ ਉਹਨਾਂ ਨੂੰ ਨਹੀਂ ਕਰੋਨਾ ਹੋ ਰਿਹਾ ਤੇ ਸਾਨੂੰ ਕਿਦਾਂ ਕਰੋਨਾ ਹੋ ਗਿਆ ਇਸ ਚੀਜ਼ ਦਾ ਕੋਈ ਮਾਇਨੇ ਨਹੀਂ ਰੱਖਦਾ ਕਿਉਂਕਿ 178 ਕੇਸ ਆਉਣਾ ਚਿਤ ਤਾਂ ਜਿੰਨਾਂ ਦੇ ਘਰ ਦੇ ਵਿੱਚ ਮੌਤ ਹੋ ਰਹੀ ਆ ਉਹਨਾਂ ਨੂੰ ਪੁੱਛ ਵੇਖੋ ਮੋਸਟੀਮ ਆ ਜਾਂਦਾ ਤੇ ਸਾਰੇ ਘਰ ਦਾ ਹਾਲਾਤ ਜਿਹੜੇ ਨੇ ਬੱਤਰ ਹੋ ਜਾਂਦੇ ਨੇ ਇਸ ਕਰਕੇ ਉਹ ਪਰਿਵਾਰ ਨੂੰ ਇਹੀ बार-बार ਇਹ ਅਪੀਲ ਕੀਤੀ ਜਾ ਰਹੀ ਹੈ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਖਾਂਸੀ ਜਾਂ ਕੁਝ ਜਿਹਾ ਕਾਮ ਜਾਂ ਬੁਖਾਰ ਵਗੈਰਾ ਲੱਗ ਰਿਹਾ ਤੁਸੀਂ ਓਨਲੀ ਸਪੋਰਟ ਆਪਣਾ ਟੈਸਟ ਵਗੈਰਾ ਕਰਾਓ ਤੇ ਇੱਕ ਕਮਰੇ ਦੇ ਵਿੱਚ ਹੀ ਰਹਿਣਾ ਚਾਹੀਦਾ ਕਿਉਂਕਿ ਕਮਰੇ ਦੇ ਵਿੱਚ ਜੇ ਤੁਸੀਂ ਸੇਵ ਰਹੋਗੇ ਤੇ ਤੁਹਾਡਾ ਪਰਿਵਾਰ ਆਪੇ ਬਾਸ ਸਕਦਾ ਇਸ ਕਰਕੇ ਹੋਰ ਮੰਜਿੰਦਰ ਗੱਲ ਕਰੀਏ ਤਾਂ ਜਿਵੇਂ ਵੈਕਸੀਨੇਸ਼ਨ ਦੀ ਗੱਲ ਹੈ ਤਾਂ ਕਹਿ ਸਕਦੇ ਕਿ ਅੱਜ ਇਹ ਸਰਕਾਰ ਦੇ ਵੱਲੋਂ ਜਾਗਰੂਕਤਾ ਦੀ ਘਾਟ ਹੈ ਵੈਕਸੀਨੇਸ਼ਨ ਨੂੰ ਲੈ ਕੇ ਤੇ ਵਾਰ-ਵਾਰ ਕਿਹਾ ਜਾ ਰਿਹਾ ਕਿ ਵੈਕਸੀਨ ਕਿਉਂਕਿ ਵੈਕਸੀਨ ਅਗਰ ਇੱਕ ਵਾਰ ਲਗਵਾ ਲ ਲਗਵਾ ਲਈ ਜਾਂਦੀ ਹੈ ਤਾਂ ਕਿਸੇ ਵੀ ਵੱਲੋਂ ਤਾਂ ਸੁਰੱਖਿਅਤ ਕਿਤੇ ਨਾ ਕਿਤੇ ਰਿਹਾ ਜਾ ਸਕਦਾ ਜੀ ਬਿਲਕੁਕ ਜੋ ਜੀ ਇਹ ਗੱਲ ਬਿਲਕੁਲ ਸਹੀ ਹੈ ਕਿ ਇੱਕ ਵਾਰੀ ਜਾਗਰੂਤਤ ਜਿਹੜੀ ਹੋਣੀ ਚਾਹੀਦੀ ਹੈ ਹੁਣ ਪ੍ਰਸ਼ਾਸਨ ਦੇ ਵੱਲੋਂ ਜਾਗਰੂਤ ਕੀਤਾ ਜਾ ਰਿਹਾ ਹਰ ਇੱਕ ਪਹਿਲਾਂ ਕੀਤੇ ਸੂਬਾ ਸਰਕਾਰ ਦੀ ਜੋ ਗਾਈਡਲਾਈਨਾਂ ਆਈਆਂ ਸੀ ਕਿ ਚਲਾਨ ਕੀਤੇ ਜਾਣਗੇ ਅੰਮ੍ਰਿਤਸਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਲੋਕਾਂ ਨੂੰ ਵੇਅਰ ਕਰਨ ਵਾਸਤੇ ਲੋਕਾਂ ਦੇ ਚਲਾਨ ਨਹੀਂ ਕੀਤੇ ਜਾ ਰਹੇ ਪਹਿਲਾਂ ਉਹਨਾਂ ਨੂੰ ਸਮਝਾਇਆ ਜਾ ਰਿਹਾ ਪਿਆਰ ਦੇ ਨਾਲ ਫਿਰ ਉਹਨਾਂ ਨੂੰ ਮਾਰਕਸ ਵੀ ਦਿੱਤੇ ਜਾ ਰਹੇ ਨੇ ਜੇ ਇੱਕ ਵਾਰੀ ਇਹ ਡੀਸੀ ਸਾਹਿਬ ਵੱਲੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਜੋ ਖਹਿਰਾ ਨੇ ਡੀਸੀ ਉਹਨਾਂ ਵੱਲੋਂ ਇੱਕੋ اپੀਲ ਕੀਤੀ ਗਈ ਆ ਕਿ ਕਿਸੇ ਦਾ ਚਲਾਨ ਨਾ ਕਰੋ ਉਸ ਨੂੰ ਪਿਆਰ ਨਾਲ ਸਮਝਾਓ ਜੇ ਉਹ ਨਹੀਂ ਸਮ ਕਨੇ ਹੋ ਜਾਣੀਆਂ ਲੋਕਾਂ ਨੂੰ ਡਰ ਪੈ ਜੂਗਾ ਮਾਰਕਸ ਪਾਉਣਾ ਕਿ ਮਾਰਕਸ ਪਾਉਣਾ ਲਾਜ਼ਮੀ ਹੋ ਗਿਆ ਜੇ ਅਸੀਂ ਕਿਉਂਕਿ ਲੋਕਾਂ ਨੂੰ ਡਰ ਲੱਗਦਾ ਕਿ ਜੇ ਅਸੀਂ ਟੈਸਟ ਕਰਾਉਣਾ ਜਿਸ ਤਰੀਕੀ ਹਰ ਪੋਰਸ ਪੋਜ਼ਿਟਿਵ ਨਾ ਆ ਜੇ